ਜੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ, ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਸਾਡੇ ਯੂਟਿਊਬ ਚੈਨਲ ਹਾਂਜੀ ਵਲੋਗਸ ਦੇ ਉੱਤੇ। ਸੋ ਅੱਜ ਦਾ ਜਿਹੜਾ ਵਲੋਗ ਜਿਹੜਾ ਆਪਣਾ ਰਹੇਗਾ ਉਹ ਰਹੇਗਾ ਮਥੁਰਾ ਵਰਿੰਦਾਵਨ, ਜਿਹਨੂੰ ਕਿ ਆਪਾਂ ਵਰਿੰਦਾਵਨ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਜ਼ਿਆਦਾ ਮਾਨਿਅਤਾ ਇਸ ਜਗ੍ਹਾ ਦੀ। ਕ੍ਰਿਸ਼ਨ ਜੀ ਦੀ ਜਨਮ ਭੂਮੀ ਵੀ ਕਹੀ ਜਾਂਦੀ ਅਤੇ ਬਹੁਤ ਜਾਣੇ ਇਹਦੇ 'ਚ ਮੱਥਾ ਟੇਕਣ ਵੀ ਆਉਂਦੇ ਇਸ ਜਗ੍ਹਾ 'ਤੇ। ਸੋ ਸਾਡੇ ਨਾਲ ਤੁਸੀਂ ਅੱਜ ਬਣੇ ਰਹੋ, ਤੁਹਾਨੂੰ ਆਪਾਂ ਘੁਮਾਵਾਂਗੇ ਮਥੁਰਾ ਵਰਿੰਦਾਵਨ, ਅਤੇ ਸਟੇ ਟਿਊਨ, ਰਾਧੇ ਰਾਧੇ। ਦੇਖ ਲਓ ਜੀ ਆਹ ਵਰਿੰਦਾਵਨ ਆਪਾਂ ਜਾ ਰਹੇ ਹਾਂ ਅਤੇ ਰਸਤੇ 'ਚ ਕਿਹੜਾ ਇਹਦੀ ਰੌਣਕਾਂ ਲੱਗੀਆਂ ਗਈਆਂ ਬੱਸ ਦੇ ਵਿੱਚ। ਸੋ ਹਾਂਜੀ, ਟਾਈਮ ਦੀ ਗੱਲ ਕਰੀਏ ਤਾਂ ਟਾਈਮ ਹੋ ਗਿਆ ਜੀ 7:30 ਵੱਜ ਗਏ ਜੀ ਸਵੇਰ ਦੇ, ਅਤੇ ਆਪਾਂ ਸਵੇਰੇ 5:30 ਪਹੁੰਚ ਗਏ ਸੀਗੇ। ਅਤੇ ਰਹੀ ਗੱਲ, ਆਪਾਂ ਹੁਣ ਤਿਆਰ ਹੋ ਗਏ ਹਾਂ ਜੀ, ਨਹਾ ਧੋ ਲਿਆ, ਇਸ਼ਨਾਨ ਕਰ ਲਿਆ ਆਪਾਂ, ਅਤੇ ਬਾਕੀ ਜਿਹੜੇ ਸਾਡੇ ਨਾਲ ਦੇ ਸੀਗੇ ਉਹ ਰੈਡੀ ਹੋ ਰਹੇ ਆ, ਅਤੇ ਹੁਣ ਆਪਾਂ ਬ੍ਰੇਕਫਾਸਟ ਕਰਕੇ ਜਾਵਾਂਗੇ ਜੀ ਮੰਦਰ, ਅਤੇ ਜੋ ਕਿ ਬਹੁਤ ਜ਼ਿਆਦਾ ਫੇਮਸ ਆ ਮਥੁਰਾ ਵਰਿੰਦਾਵਨ ਦੇ ਵਿੱਚ ਹੀ। ਰਮਨ ਰੀਤੀ ਹੈਗਾ, ਹੋਰ ਕਿਹੜਾ ਨਾ, ਹੋਰ ਅੱਜ ਕਿਤੇ ਪ੍ਰੇਮ ਮੰਦਰ ਜਾਣਾ ਜੀ, ਅਤੇ ਗੋਕੁਲ ਸਾਰਾ ਘੁਮਾਵਾਂਗੇ ਜੀ ਤੁਹਾਨੂੰ ਇਸ ਵਲੋਗ ਦੇ ਵਿੱਚ। ਬਾਕੀ ਬਣੇ ਰਹੋ ਸਾਡੇ ਨਾਲ ਵਲੋਗ ਦੇ ਵਿੱਚ, ਮਿਲਦੇ ਹਾਂ ਜੀ, ਸਟੇ ਟਿਊਨ। ਹਾਂਜੀ, ਸੋ ਇਸ ਟਾਈਮ ਦੀ ਜੇ ਗੱਲ ਕਰੀਏ ਤਾਂ 4:40 ਹੋ ਗਏ, ਅਤੇ ਆਪਾਂ ਇਸ ਟਾਈਮ ਪਹੁੰਚੇ ਹਾਂ ਰਮਨ ਰੇਤੀ, ਜੋ ਕਿ ਤੁਹਾਨੂੰ ਮੈਂ ਬੈਕ ਕੈਮਰਾ ਕਰਕੇ ਦਿਖਾਉਂਦਾ। ਇੱਥੇ ਕ੍ਰਿਸ਼ਨ ਜੀ ਖੇਡੇ ਸੀ ਰੇਤਾਂ ਦੇ ਵਿੱਚ, ਅਤੇ ਤੁਸੀਂ ਵੀ ਬਣੇ ਰਹੋ, ਬਾਕੀ ਤੁਹਾਨੂੰ ਮੈਂ ਬੈਕ ਕੈਮਰਾ ਕਰਕੇ ਦਿਖਾਉਂਦਾ ਜੀ ਆਪਣੇ ਕੈਮਰੇ ਦੇ ਅਗਲੀ ਕਲਿਪ 'ਚ। ਸੋ ਜਿੱਦਾਂ ਤੁਸੀਂ ਦੇਖ ਹੀ ਸਕਦੇ ਹੋ ਇੱਥੇ ਰੇਤਾਂ ਦੇ ਵਿੱਚ ਖੇਡਦੇ ਆ, ਇਹ ਰਮਨ ਰੇਤੀ ਕਹੀ ਜਾਂਦੀ ਜੀ ਇਹਨੂੰ। ਇੱਥੇ ਕ੍ਰਿਸ਼ਨ ਕਨਈਆ ਜੀ ਇਹਨੇ ਖੇਡੇ ਸੀਗੇ ਰਮਨ ਰੇਤੀ ਦੇ ਵਿੱਚ, ਬਹੁਤ ਹੀ ਇੱਥੇ ਲੋਕ ਆਨੰਦ ਫਰਮਾਉਂਦੇ ਜੀ, ਦੇਖੋ ਕਿੰਨਾ ਰਸ਼ ਹੈ। ਬਾਕੀ ਤੁਸੀਂ ਵੀ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਮੰਦਰ ਮਥੁਰਾ ਵਰਿੰਦਾਵਨ ਦੇ ਵਿੱਚ ਹੀ, ਇਹ ਹੈਗਾ ਰਮਨ ਰੇਤੀ, ਕਾਫੀ ਬਹੁਤ ਵਧੀਆ ਜੀ। ਰਾਧੇ 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 ਰਾਧੇ। ਹਾਂਜੀ, ਟਾਈਮ ਹੋ ਗਿਆ ਜੀ 12:48, ਅਤੇ ਆਪਾਂ ਇਸ ਟਾਈਮ ਨਿਧੀਵਨ ਦੇ ਵਿੱਚ ਐਂਟਰ ਕਰ ਚੁੱਕੇ ਹਾਂ। ਦੇਖੋ ਜਿੱਦਾਂ ਕਿ ਤੁਸੀਂ ਦੇਖ ਸਕਦੇ ਆ, ਸਾਰਾ ਰਾਤ ਨੂੰ ਸਾਰੀਆਂ ਗੋਪੀਆਂ ਬਣ ਜਾਂਦੀਆਂ ਜੀ, ਤੁਸੀਂ ਇਹ ਦੇਖ ਸਕਦੇ ਹੋ। ਜ਼ੂਮ ਕਰਕੇ ਮੈਂ ਤੁਹਾਨੂੰ ਦਿਖਾ ਦਿੰਦਾ, ਇੱਥੇ ਰਾਤ ਨੂੰ ਰਾਸ ਲੀਲਾ ਹੁੰਦੀ ਹੈ ਜੀ, ਕ੍ਰਿਸ਼ਨ ਜੀ ਆਪ ਇੱਥੇ ਰਾਤ ਨੂੰ ਰਾਸ ਲੀਲਾ ਕਰਨ ਆਉਂਦੇ, ਅਤੇ ਜਿੰਨੇ ਵੀ ਪੇੜ ਹੈ, ਜਿੰਨੀਆਂ ਟਾਹਣੀਆਂ, ਇਹ ਸਾਰੀਆਂ ਗੋਪੀਆਂ ਬਣ ਜਾਂਦੀਆਂ। ਔਰ ਰਾਤ ਨੂੰ ਇੱਥੇ ਜਿੰਨੇ ਜਾਨਵਰ ਹੈ, ਕੀੜੇ ਮਕੌੜੇ, ਕੋਈ ਵੀ ਨਹੀਂ ਇੱਥੇ ਰਹਿੰਦਾ। ਜ਼ਿਆਦਾ ਰਸ਼ ਆ ਰਾਧਾ ਵੱਲੋਂ ਮੰਦਰ ਦੇ ਵਿੱਚ, ਬਾਕੀ ਤੁਸੀਂ ਬਣੇ ਰਹੋ ਸਟੇ ਟਿਊਨ, ਆਪਾਂ ਮਿਲਦੇ ਹਾਂ ਹਾਂਜੀ ਵਲੋਗਸ ਦੇ ਵਿੱਚ ਦੁਬਾਰਾ ਤੋਂ, ਅਤੇ ਆਪਾਂ ਮਿਲਦੇ ਨੈਕਸਟ ਕਲਿੱਪ ਦੇ ਵਿੱਚ, ਬਾਕੀ ਸਟੇ ਟਿਊਨ, ਜੈ ਸ਼੍ਰੀ ਰਾਧੇ ਰਾਧੇ।
ਜੀ ਆਪਾਂ ਆਪਣੀ ਫਾਈਨਲ ਡੈਸਟੀਨੇਸ਼ਨ ਤੇ ਪਹੁੰਚ ਗਏ ਜੀ। ਰਾਧੇ ਰਾਧੇ ਰਾਧੇ। ਤੁਹਾਨੂੰ ਆਪਾਂ ਬੈਕ ਕੈਮਰਾ ਕਰਕੇ ਦਿਖਾਉਂਦੇ ਹਾਂ, ਬਹੁਤ ਹੀ ਵਧੀਆ ਲਾਈਟਿੰਗ ਹੋਈ ਆ ਤੇ ਤੁਸੀਂ ਇੱਕ ਵਾਰੀ ਬੈਕ ਕੈਮਰਾ ਕਰਕੇ ਨਜ਼ਾਰਾ ਜ਼ਰੂਰ ਦੇਖਿਓ ਹਾਂਜੀ ਵਲੌਗਸ ਦੇ ਚੈਨਲ ਤੇ। ਬਾਕੀ ਲਾਈਕ ਐਂਡ ਸਬਸਕ੍ਰਾਈਬ ਕਰਨਾ ਭੁੱਲਿਓ ਨਾ, ਕਮੈਂਟ ਕਰਨਾ ਵੀ ਭੁੱਲਿਓ ਨਾ। ਰਾਧੇ ਰਾਧੇ ਕਮੈਂਟ 'ਚ ਜ਼ਰੂਰ ਲਿਖ ਦਿਓ ਜੀ। ਬੈਕ ਕੈਮਰਾ ਕਰਕੇ ਤੁਹਾਨੂੰ ਦਿਖਾਉਂਦੇ ਹਾਂ। ਤੁਮ ਪ੍ਰੇਮ ਹੋ ਤੁਮ ਪ੍ਰੀਤ ਹੋ ਮੇਰੀ ਬਾਂਸੁਰੀ ਕਾ ਗੀਤ ਹੋ। ਤੁਮ ਪ੍ਰੇਮ ਹੋ ਤੁਮ ਪ੍ਰੀਤ ਹੋ ਮਨ ਮੀਤ ਹੋ ਰਾਧੇ ਮੇਰੀ ਮਨ ਮੀਤ ਹੋ। ਤੁਮ ਪ੍ਰੇਮ ਹੋ ਤੁਮ ਪ੍ਰੀਤ ਹੋ ਮਨ ਮੀਤ ਹੋ ਰਾਧੇ ਮੇਰੀ ਮਨ ਮੀਤ ਹੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਫਿਰ ਨਵੇਂ ਦਿਨ ਤੋਂ ਸ਼ੁਰੂਆਤ ਕਰ ਰਹੇ ਹਾਂ ਜੀ। ਇਸ ਟਾਈਮ ਦੀ ਗੱਲ ਕਰੀਏ ਤਾਂ ਦੁਪਹਿਰ 2:15 ਹੋ ਗਏ ਅਤੇ ਆਪਾਂ ਇਸ ਟਾਈਮ ਹੈਗੇ ਗੋਵਰਧਨ ਦੇ ਵਿੱਚ ਅਤੇ ਇੱਥੇ ਬਹੁਤ ਸਾਰੇ ਮੰਦਰ ਆ। ਅਤੇ ਪਹਿਲਾਂ ਤੁਹਾਨੂੰ ਰਾਧਾ ਕੁੰਡ ਹੈ ਨਾ, ਰਾਧਾ ਕੁੰਡ ਦਿਖਾਉਣ ਜਾ ਰਿਹਾ ਤੁਹਾਨੂੰ ਪਹਿਲਾਂ, ਅਤੇ ਦੇਖਿਓ ਜ਼ਰੂਰ ਬੈਕ ਕੈਮਰਾ ਕਰਕੇ ਮੈਂ ਤੁਹਾਨੂੰ ਸਾਰਾ ਨਜ਼ਾਰਾ ਦਿਖਾਉਂਦਾ। ਬਣੇ ਰਹੋ, ਸਟੇ ਟਿਊਨਡ। ਦੇਖ ਲਓ ਜੀ, ਇਹ ਹੈ ਰਾਧਾ ਕੁੰਡ ਗੋਵਰਧਨ ਦੇ ਵਿੱਚ। ਬਹੁਤ ਹੀ ਵਧੀਆ
ਬਹੁਤ ਹੀ ਵਧੀਆ, ਬਹੁਤ ਹੀ ਵਧੀਆ, ਬਹੁਤ ਸਾਰੀ ਜਨਤਾ ਇੱਧਰ ਆਉਂਦੀ ਹੈ ਗੋਵਰਧਨ ਦੇ ਵਿੱਚ, ਰਾਧਾ ਕੁੰਡ। ਬਾਕੀ ਤੁਸੀਂ ਵੀ ਬਣੇ ਰਹੋ, ਤੁਹਾਨੂੰ ਹੋਰ ਵੀ ਅੱਗੇ ਆਪਾਂ ਚੀਜ਼ਾਂ ਦਿਖਾਉਂਦੇ ਰਹਾਂਗੇ। ਸਟੇ ਟਿਊਨਡ, ਰਾਧੇ ਰਾਧੇ। ਦੁਪਹਿਰ ਦੇ ਹੋ ਗਏ 3:30, ਮੇਰੇ ਨਾਲ ਮਾਮੀ ਹੈਗੇ ਆ, ਰਾਧੇ ਰਾਧੇ। ਅਤੇ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਂਦੇ ਆ ਗੋਵਰਧਨ ਦਾ ਮੰਦਿਰ, ਬਹੁਤ ਜ਼ਿਆਦਾ ਦੁਨੀਆ ਇੱਥੇ ਮੱਥਾ ਟੇਕਣ ਆਉਂਦੀ ਹੈ ਜੀ। ਸੋ ਬੈਕ ਕੈਮਰਾ ਕਰਕੇ ਬਣੇ ਰਹੋ ਸਾਡੇ ਨਾਲ। ਜੈ ਸ਼੍ਰੀ ਰਾਧੇ। ਹਾਂਜੀ ਰਾਧੇ ਰਾਧੇ ਜੀ। ਸੋ ਇਸ ਟਾਈਮ ਆਪਾਂ ਮਾਨ ਸਿੰਘ ਗੰਗਾ ਪਹੁੰਚ ਗਏ ਜੀ, ਅਤੇ ਬੈਕ ਕੈਮਰਾ ਕਰਕੇ ਤੁਹਾਨੂੰ ਦਿਖਾਉਂਦੇ ਹਾਂ ਪਿਛਲੇ ਮੰਦਰ। ਕੁਛ ਮੰਦਰਾਂ ਦੇ ਵਿੱਚ ਕੀ ਹੈ, ਵੀਡੀਓ ਬਣਾ ਨਹੀਂ ਦਿੰਦੇ, ਫੋਟੋ ਨਹੀਂ ਲੈਣ ਦਿੰਦੇ। ਬਾਕੀ ਤੁਹਾਨੂੰ ਮੈਂ ਬੈਕ ਕੈਮਰਾ ਕਰਕੇ ਦਿਖਾਉਂਦਾ ਇੱਥੇ ਦਾ ਨਜ਼ਾਰਾ, ਬਣੇ ਰਹੋ ਜੀ। ਜੀ ਆ ਦੇਖੋ ਮਾਨ ਸਿੰਘ ਗੰਗਾ ਗੋਵਰਧਨ ਦੇ ਵਿੱਚ, ਬਹੁਤ ਹੀ ਵਧੀਆ ਅਦਭੁਤ ਨਜ਼ਾਰਾ ਇਹਦਾ। ਬਾਕੀ ਤੁਸੀਂ ਵੀ ਦੇਖੋ, ਦਰਸ਼ਨ ਕਰੋ ਜੀ। ਆ ਦੇਖੋ ਕਿੰਨੇ ਜਣੇ ਨਹਾਉਣ ਵੀ ਆਉਂਦੇ ਇੱਥੇ। ਬਾਕੀ ਤੁਸੀਂ ਵੀ ਬਣੇ ਰਹੋ ਜੀ। ਸ਼ਾਮ ਦੇ ਹੋ ਗਏ 6:35 ਅਤੇ ਮੇਰੇ ਪਿੱਛੇ ਮੰਦਰ ਜਿਹੜਾ ਰਾਧਾ ਰਾਣੀ ਬਰਸਾਨੇ ਦਾ ਹੈਗਾ ਮੰਦਰ। ਆਹ ਦੇਖੋ ਜੀ, ਪੂਰਾ ਮਥੁਰਾ ਦਿਖਦਾ ਉੱਪਰੋਂ ਜੀ, ਦੇਖੋ। ਔਰ 185 ਪੌੜੀਆਂ ਇੱਥੇ, ਅਤੇ ਇੱਥੇ ਬਰਸਾਨਾ ਮੀਨਸ ਰਾਧਾ ਰਾਣੀ ਜੀ ਦਾ ਘਰ ਸੀ ਜਿੱਥੇ ਰਹੇ ਸੀਗੇ। ਆਹ ਉੱਪਰ ਹੈਗਾ ਕਿਲ੍ਹਾ ਉਹਦੀ ਬੈਕ ਸਾਈਡ 'ਤੇ, ਬਾਕੀ ਤੁਹਾਨੂੰ ਮੈਂ ਦਿਖਾਉਂਦਾ ਪਿੱਛੋਂ ਬੈਕ ਸਾਈਡ ਕਰ। ਰਾਧਾ ਰਾਣੀ ਜੀ ਦਾ ਮੰਦਰ ਬਰਸਾਨਾ ਦੇ ਵਿੱਚ, ਆਹ ਮਥੁਰਾ ਸਾਰਾ ਦਿਖਦਾ ਉੱਪਰੋਂ ਜੀ। ਆਹ ਪ੍ਰਵੇਸ਼ ਦਰਬਾਰ ਆ, ਸਾਰਾ ਦੇਖ ਸਕਦੇ ਤੁਸੀਂ, ਆਹ ਕਿਲ੍ਹਾ ਹੈਗਾ ਸਾਰਾ ਬਣਿਆ। ਲਓ ਜੀ, ਆਪਾਂ ਇਸ ਟਾਈਮ ਬਰਸਾਨਾ ਦੇ ਵਿੱਚ ਪਹੁੰਚ ਗਏ ਹਾਂ। ਸਾਡੇ ਸਾਹਮਣੇ ਮਹਿਲ ਹੈ ਜੀ ਰਾਧਾ ਰਾਣੀ ਜਿੱਥੇ ਰੁਕੇ ਸੀਗੇ। ਆਹ ਦੇਖੋ ਜੀ ਮੰਦਿਰ, ਆਹ ਦੇਖੋ ਜੀ ਕਿੱਡਾ ਵੱਡਾ ਕਿਲ੍ਹਾ ਸ਼ੋ ਹੁੰਦਾ। ਦੇਖੋ ਜੀ ਸ਼ੋਟ ਦੇਖੋ, ਕਿੰਨਾ ਜ਼ਬਰਦਸਤ ਮੌਸਮ ਉੱਤੋਂ ਦੀ। ਆਹ ਦੇਖੋ ਸਾਰਾ ਮਥੁਰਾ ਦਿਖਦਾ ਜੀ। ਸੋ ਤੁਸੀਂ ਵੀ ਬਣੇ ਰਹੋ, ਤੁਹਾਨੂੰ ਵੀ ਦਿਖਾਵਾਂਗੇ। ਬਾਕੀ ਇੱਕ ਵਾਰੀ ਤੁਸੀਂ ਆਪਣੀ ਫੈਮਿਲੀ ਨਾਲ ਜ਼ਰੂਰ ਵਿਜ਼ਿਟ ਕਰੋ ਜੀ ਮੰਦਿਰ, ਅਤੇ ਰਾਧੇ ਰਾਧੇ। ਲਾਸਟ ਮੈਂ ਇਹੀ ਕਹੂੰਗਾ, ਇਸ ਤੋਂ ਉੱਤੇ ਹੋਰ ਕੋਈ ਚੀਜ਼ ਨਹੀਂ ਹੈਗੀ। ਸੋ ਜੈ ਸ਼੍ਰੀ ਰਾਧੇ ਰਾਧੇ। ਸੋ ਜੀ ਆਪਾਂ ਇਸ ਟਾਈਮ ਬਰਸਾਨਾ ਟੈਂਪਲ ਪਹੁੰਚ ਚੁੱਕੇ ਰਾਧਾ ਰਾਣੀ ਜੀ ਦੇ। ਸੋ ਬਾਕੀ ਕਿਸੇ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਂਦੇ ਹਾਂ, ਆਰਤੀ ਦਾ ਟਾਈਮ ਵੀ ਹੋ ਚੱਲਿਆ ਜੀ। ਬਾਕੀ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਂਦੇ ਕਿੱਦਾਂ ਦਾ ਵਿਊ ਹੈ। ਲਓ ਜੀ ਦੇਖ ਲਓ ਤੁਸੀਂ ਟੈਂਪਲ ਬਰਸਾਨਾ ਦਾ, ਰਾਧਾ ਰਾਣੀ ਜੀ ਦਾ। ਰਾਧਾ ਰਾਧਾ ਰਾਧਾ, ਕਿੰਨੀ ਦੁਨੀਆ ਆਈ ਹੈ ਜੀ ਬਹੁਤ। ਆਹ ਦੇਖੋ ਜੀ ਪੂਰਾ ਮਥੁਰਾ ਦਿਖਦਾ ਜੀ ਇੱਥੋਂ, ਮਥੁਰਾ ਦੇਖੋ ਜੀ। ਆਪਾਂ ਇਸ ਟਾਈਮ ਪਹੁੰਚ ਗਏ ਰਾਧਾ ਟੈਂਪਲ, ਜੋ ਕਿ ਬਰਸਾਨਾ ਦੇ ਵਿੱਚ ਹੈਗਾ। ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਂਦੇ ਹਾਂ। ਦੇਖੋ ਜੀ, ਆਹ ਦੇਖੋ ਜੀ ਸ਼੍ਰੀ ਰਾਧਾ ਲਿਖਿਆ ਹੈ ਜੀ। ਰਾਧੇ 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 ਜੀ। ਰਾਧਾ ਰਾਣੀ ਮੰਦਰ ਬਰਸਾਨਾ ਵਿੱਚੋਂ ਆਪਾਂ ਆਸ਼ੀਰਵਾਦ ਲੈਂਦੇ ਹੋਏ ਆਪਾਂ ਆ ਗਏ ਆ ਜਿੱਥੇ ਇਸ ਟਾਈਮ ਸਾਰੀ ਪਬਲਿਕ ਇਕੱਠੇ ਹੋ ਕੇ ਡਾਂਸ ਕਰਦੀ ਆ। ਦੇਖੋ ਜੀ ਆਹ ਸ਼ਾਮ ਦਾ ਵਿਊ ਆ ਜੀ। ਆ ਦੇਖੋ ਜੀ ਸੰਗਤ ਨੱਚ ਰਹੀ ਹੈ, ਦੇਖੋ ਬਹੁਤ ਬਜ਼ਾਰ ਆਉਂਦਾ ਜੀ ਇੱਥੇ ਰਾਧਾ ਰਾਣੀ ਮੰਦਰ ਬਰਸਾਨਾ ਦੇ ਵਿੱਚ। ਆ ਦੇਖੋ ਜੀ ਲਓ ਜੀ ਅਸੀਂ ਆਪਣੀ ਪੁਰਾਣੀ ਡੈਸਟੀਨੇਸ਼ਨ 'ਤੇ ਪਹੁੰਚ ਗਏ ਹਾਂ। ਸਵੇਰੇ ਸਵੇਰੇ ਆਪਾਂ ਪਹੁੰਚੇ ਸੀਗੇ ਆਪਣੀ ਪੁਰਾਣੀ ਡੈਸਟੀਨੇਸ਼ਨ 'ਤੇ ਘਰ ਆਪਣੇ, ਅਤੇ ਰਾਤ ਨੂੰ ਆਪਾਂ ਬੱਸ 'ਚ ਬੈਠ ਗਏ ਸੀਗੇ ਵਰਿੰਦਾਵਨ ਟੂ ਚੰਡੀਗੜ੍ਹ, ਚੰਡੀਗੜ੍ਹ ਟੂ ਜਲੰਧਰ। ਮੈਂ ਸਵੇਰੇ ਸਵੇਰੇ ਪਹੁੰਚ ਗਿਆ ਜੀ। ਅਤੇ ਜੇ ਵਲੋਗ ਲੱਗਾ ਵਧੀਆ ਤਾਂ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਹਾਂਜੀ ਵਲੋਗਸ 'ਤੇ, ਠੀਕ ਹੈ ਜੀ, ਸਬਸਕ੍ਰਾਈਬ ਕਰ ਦਿਓ, ਲਾਈਕ ਕਰ ਦਿਓ, ਕਮੈਂਟ ਕਰ ਦਿਓ, ਅਤੇ ਕਮੈਂਟ ਦੇ ਵਿੱਚ ਰਾਧੇ ਰਾਧੇ ਜ਼ਰੂਰ ਲਿਖ ਦਿਓ ਜੀ।
ਰਾਧੇ ਰਾਧੇ।